ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨ ਜਿਆ ਨੂੰ ਪਤਨੀ ਵੱਲੋਂ ਆਸ਼ਿਕ ਨਾਲ ਮਿਲਕੇ ਪਤੀ ਦਾ ਗਲਾਕੋਟ ਉਤਾਰਿਆ ਮੋਦ ਦੇ ਕਾਰ ਤਾਜ਼ਾ ਵੱਡੀ ਖਬਰ ਆ ਚੁਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਐਸਲ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੱਤੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਰ ਉਤਾਰ ਦਿੱਤਾ। ਪਤੀ ਦੀ ਮੌਤ ਦਾ ਉਸ ਨੂੰ ਪਤਾ ਲੱਗਾ ਜਦੋਂ ਸਵੇਰ ਨੂੰ ਮ੍ਰਿਤਿਕ ਦੀ ਮਾਂ ਵੱਲੋਂ ਆਪਣੇ ਬੇਟੇ ਨੂੰ ਬੈੱਡ ਤੇ ਮ੍ਰਿਤਕ ਹਾਲਜੇ ਦੇਖਿਆ ਗਿਆ। ਇਹ ਸਾਰੀ ਘਟਨਾ ਜਾਣਗਤ ਮ੍ਰਿਤਿਕ ਇੰਦਰਜੀਤ ਸਿੰਘ ਨਿਵਾਸੀ ਪਿੰਡ ਛੋੜਦਲਾ ਦੀ ਮਾਂ ਬਲਵੀਰ ਕੋਰ ਨੇ ਦੱਸਿਆ ਹੈ ਕਿ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਉਸ ਦਾ ਬੇਟਾ ਪਾਠੀ ਦੇ ਤੌਰ ਤੇ ਸੇਵਾ ਨਿਭਾ ਰਿਹਾ ਸੀ। ਜਿੱਤੇ ਉਸਦਾ ਬੇਟਾ 6 ਸਤੰਬਰ ਦੀ ਰਾਤ ਨੂੰ 9 ਵਜੇ ਪਾਠ ਕਰਕੇ ਆਪਨੇ ਘਰ ਵਾਪਸ ਆਇਆ ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਤੇ ਬੱਚਿਆਂ ਨਾਲ ਗੱਲਾਂ ਕਰ ਰਿਹਾ ਸੀ ਅਤੇ ਕਮਰੇ 'ਚ ਜਾ ਕੇ ਸੋ ਗਿਆ ਉਸ ਤੋਂ ਬਾਅਦ ਅਗਲੀ ਸਵੇਰੇ ਮ੍ਰਿਤਿਕ ਦੀ ਮਾਂ ਜਦੋਂ 7 ਸਤੰਬਰ ਦੇ ਸਮੇਂ ਜੀਹਾਤ ਸਵੇਰ ਦੇ ਸਮੇਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਏ ਤਾਂ ਉਸਨੇ ਵੇਖਿਆ ਕਿ ਉਸਦਾ ਬੇਟਾ ਮ੍ਰਿਤਕ ਹਾਲ ਚਪਿਆ ਹੈ ਤੇ ਉਸ ਦੀ ਪਤਨੀ ਕਿਰਨਦੀਪ ਕੋਰ ਕੋਲ ਬੈਠੀ ਰੋ ਰਹੀ ਸੀ ਜਿੱਥੇ ਅੰਦੇਮ ਸੰਸਕਾਰ ਕੀਤਾ ਗਿਆ ਹੈ ਸੀਸੀਟੀਵੀ ਕੈਮਰੇ ਦੇਖੇ ਗਏ ਜਿੱਥੇ 6 ਸਤੰਬਰ ਦੀ ਰਾਤ 11 ਵਜੇ ਤੋਂ ਲੈ ਕੇ 7 ਸਤੰਬਰ ਸਵੇਰੇ 2:30 ਵਜੇ ਤੱਕ ਬੰਦ ਪਈ ਹੈ ਬਾਅਦ ਵਿੱਚ ਇਸ ਘਟਨਾ ਦਾ ਖੁਲਾਸਾ ਹੋਇਆ ਕਿਰਨਜੀਤ ਸਿੰਘ ਵੱਲੋਂ ਕਿਰਨਜੀਤ ਕੋਰ ਵੱਲੋਂ ਆਪਣੇ ਪ੍ਰੇਮੀ ਹਰਦੀਪ ਨਾਲ ਮਿਲ ਕੇ ਆਪਨੇ ਪਤੀ ਤੱਕ ਗਲਾਕੋਟ ਕੇ ਮਾਰਿਆ ਗਿਆ ਪਤਨੀ ਨੂੰ ਜਿੱਥੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦਾ ਪ੍ਰੇਮੀ ਵੀ ਗ੍ਰਿਫਤਾਰ ਤੋਂ ਬਾਹਰ ਹੈ ਜਿਹਾ ਉਸ ਦਾ ਪ੍ਰੇਮੀ ਪਾ ਚੁੱਕਾ ਹੈ ਬਾਕੀ ਖਬਰਾਂ ਹੰਤਾ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ